स्वीडन उदों चर्चा में आया सीगा जदों एक व्यक्ति ने उत्थे मुसलमानां दे धार्मिक ग्रंथ कुरान नूं लुया, उस तों बाद दुनिया पद्धर दे उत्ते इहदा सख्त विरोध होया। हुण उही व्यक्ति जिहड़ा 30 साल की उम्र का दसदे आ, उहनें जाके स्वीडन पुलिस कोलों आग्या मंगी वी मैं इजराइल की अंबैसी के मूहरे जाके यहूदियों का जिहड़ा धार्मिक ग्रंथ टोरा आ उहनूं लूणा चाहुंदा जी। ते कमाल की गल है वी स्वीडन प्रशासन ने पुलिस ने उहनूं आग्या दे दित्ती आ। हुण कल नूं उहने इक कर्म करना, कुकर्म मैं इस करके कह रहा भी कोई भी बंदा नास्तक हो सकता, रब नूं नहीं मनदा हो सकता, पर उहनूं ये हक नहीं हैगा भी जिहड़े बंदे रब नूं मनदे आ उहनां दा दिल दिखावे। जिहड़ा बंदा रब नूं मनदा नहीं समझदा तां झगड़े च मेले खत्म हो जाने चाहीदे आ। उहदे वास्ते रब की कोई होंद ही है नहीं, उहदे लई धार्मिक ग्रंथां की कोई होंद नहीं हैगी। तो होना तो यह चाहिए, दुनिया जिवें मर्जी जींदी आ, तुसीं बिना रब की होंद तों विश्वास रख के अपना जीवो। पर अक्सर हुंदा की आ वी जिहड़े कई नास्तक आ ਇਹ ਰੱਬ ਦੇ ਵਿੱਚ ਰੱਬ ਨੂੰ ਮੰਨਣ ਵਾਲਿਆਂ ਨਾਲੋਂ ਵੀ ਵੱਧ ਸਮਾਂ ਜਿਹੜਾ ਵਿਅਰਥ ਗਵਾਉਂਦੇ ਆ। 24 ਘੰਟੇ 7 ਦਿਨ ਖਾਸ ਕਰਕੇ ਜਿਹੜੇ ਪੰਜਾਬੀ ਨਾਸਤਕ ਦਾ ਖਾਸ ਕਰਕੇ ਇਹ ਰੱਬ ਦੀਆਂ ਗੱਲਾਂ ਕਰਦੇ ਆ। ਹੁਣ ਇਹੋ ਜਿਹਾ ਇਹ ਨਾਸਤਕ ਵਿਅਕਤੀ ਜਿਹੜਾ ਪਹਿਲਾਂ ਜਿਹਨੇ ਕੁਰਾਨ ਲੂਈ ਆ ਅਤੇ ਹੁਣ ਉਹ ਕਹਿੰਦਾ ਵੀ ਮੈਂ ਯਹੂਦੀਆਂ ਦਾ ਧਾਰਮਿਕ ਗ੍ਰੰਥ ਟੋਰਾ ਲੂਣਾ ਆ, ਅਤੇ ਉਹਦੇ ਵਾਸਤੇ ਜਿਹੜਾ ਜੀ ਹੁਣ ਦੁਨੀਆ ਭਰ ਦੇ ਵਿੱਚ ਆਵਾਜ਼ਾਂ ਉੱਠ ਰਹੀਆਂ ਵੀ ਇਹਨੂੰ ਰੋਕਿਆ ਜਾਵੇ। ਜੇਕਰ ਇਹਨੂੰ ਕੁਰਾਨ ਲੂਣ ਵੇਲੇ ਰੋਕਿਆ ਹੁੰਦਾ ਤਾਂ ਇਹਦਾ ਜਿੱਦਾਂ ਹਿੰਮਤ ਨਾ ਪੈਂਦੀ ਵੀ ਇਹ ਮੁੜ ਕੇ ਫਿਰ ਯਹੂਦੀਆਂ ਦੇ ਗ੍ਰੰਥ ਨੂੰ ਹੱਥ ਪਾਉਂਦਾ। ਅਤੇ ਹਾਲੇ ਵੀ ਜੇ ਨਾ ਰੋਕਿਆ ਪਿਆ ਤਾਂ ਗਾਂਹ ਇਹਦੀਆਂ ਕਾਰਵਾਈਆਂ ਹੋਰ ਵਧਣਗੀਆਂ, ਕਿਸੇ ਹੋਰ ਧਾਰਮਿਕ ਗ੍ਰੰਥ ਨੂੰ ਇਹ ਲੂਹੂਗਾ ਜੀ। ਸੋ ਇਹਨੂੰ ਰੋਕਣ ਦੀ ਜਿਹੜੀ ਅਪੀਲ ਦੁਨੀਆ ਪੱਧਰ ਦੇ ਵਿੱਚੋਂ ਉੱਠ ਰਹੀ ਹੈ ਜੀ। ਸਵੀਡਨ ਉਦੋਂ ਚਰਚਾ ਵਿੱਚ ਆਇਆ ਸੀਗਾ ਜਦੋਂ ਇੱਕ ਵਿਅਕਤੀ ਨੇ ਉੱਥੇ ਮੁਸਲਮਾਨਾਂ ਦੇ ਧਾਰਮਿਕ ਗ੍ਰੰਥ ਕੁਰਾਨ ਨੂੰ ਲੂਹਿਆ, ਉਸ ਤੋਂ ਬਾਅਦ ਦੁਨੀਆ ਪੱਧਰ ਦੇ ਉੱਤੇ ਇਹਦਾ ਸਖ਼ਤ ਵਿਰੋਧ ਹੋਇਆ। ਹੁਣ ਉਹੀ ਵਿਅਕਤੀ ਜਿਹੜਾ 30 ਸਾਲ ਦੀ ਉਮਰ ਦਾ ਦੱਸਦੇ ਆ, ਉਹਨੇ ਜਾ ਕੇ ਸਵੀਡਨ ਪੁਲਿਸ ਕੋਲੋਂ ਆਗਿਆ ਮੰਗੀ ਵੀ ਮੈਂ ਇਜ਼ਰਾਈਲ ਦੀ ਅੰਬੈਸੀ ਦੇ ਮੂਹਰੇ ਜਾ ਕੇ ਯਹੂਦੀਆਂ ਦਾ ਜਿਹੜਾ ਧਾਰਮਿਕ ਗ੍ਰੰਥ ਟੋਰਾ ਆ ਉਹਨੂੰ ਲੂਣਾ ਚਾਹੁੰਦਾ ਜੀ। ਅਤੇ ਕਮਾਲ ਦੀ ਗੱਲ ਹੈ ਵੀ ਸਵੀਡਨ ਪ੍ਰਸ਼ਾਸਨ ਨੇ ਪੁਲਿਸ ਨੇ ਉਹਨੂੰ ਆਗਿਆ ਦੇ ਦਿੱਤੀ ਆ। ਹੁਣ ਕੱਲ੍ਹ ਨੂੰ ਉਹਨੇ ਇੱਕ ਕਰਮ ਕਰਨਾ, ਕੁਕਰਮ ਮੈਂ ਇਸ ਕਰਕੇ ਕਹਿ ਰਿਹਾ ਵੀ ਕੋਈ ਵੀ ਬੰਦਾ ਨਾਸਤਕ ਹੋ ਸਕਦਾ, ਰੱਬ ਨੂੰ ਨਹੀਂ ਮੰਨਦਾ ਹੋ ਸਕਦਾ, ਪਰ ਉਹਨੂੰ ਇਹ ਹੱਕ ਨਹੀਂ ਹੈਗਾ ਵੀ ਜਿਹੜੇ ਬੰਦੇ ਰੱਬ ਨੂੰ ਮੰਨਦੇ ਆ ਉਹਨਾਂ ਦਾ ਦਿਲ ਦਿਖਾਵੇ। ਜਿਹੜਾ ਬੰਦਾ ਰੱਬ ਨੂੰ ਮੰਨਦਾ ਨਹੀਂ ਸਮਝਦਾ ਤਾਂ ਝਗੜੇ 'ਚ ਮੇਲੇ ਖਤਮ ਹੋ ਜਾਣੇ ਚਾਹੀਦੇ ਆ। ਉਹਦੇ ਵਾਸਤੇ ਰੱਬ ਦੀ ਕੋਈ ਹੁੰਦੇ ਹੈ ਨਹੀਂ, ਉਹਦੇ ਲਈ ਧਾਰਮਿਕ ਗ੍ਰੰਥਾਂ ਦੀ ਕੋਈ ਹੋਂਦ ਨਹੀਂ ਹੈਗੀ। ਅਤੇ ਹੋਣਾ ਤਾਂ ਇਹ ਚਾਹੀਦਾ ਦੁਨੀਆ ਜਿਵੇਂ ਮਰਜ਼ੀ ਜੀਂਦੀ ਆ, ਤੁਸੀਂ ਬਿਨਾਂ ਰੱਬ ਦੀ ਹੋਂਦ ਤੋਂ ਵਿਸ਼ਵਾਸ ਰੱਖ ਕੇ ਆਪਣਾ ਜੀਵੋ। ਪਰ ਅਕਸਰ ਹੁੰਦਾ ਕੀ ਆ ਵੀ ਜਿਹੜੇ ਕਈ ਨਾਸਤਕ ਆ ਇਹ ਰੱਬ ਦੇ ਵਿੱਚ ਰੱਬ ਨੂੰ ਮੰਨਣ ਵਾਲਿਆਂ ਨਾਲੋਂ ਵੀ ਵੱਧ ਸਮਾਂ ਜਿਹੜਾ ਵਿਅਰਥ ਗਵਾਉਂਦੇ ਆ। 24 ਘੰਟੇ 7 ਦਿਨ ਖਾਸ ਕਰਕੇ ਜਿਹੜੇ ਪੰਜਾਬੀ ਨਾਸਤਕ ਦਾ ਖਾਸ ਕਰਕੇ ਇਹ ਰੱਬ ਦੀਆਂ ਗੱਲਾਂ ਕਰਦੇ ਆ। ਹੁਣ ਇਹੋ ਜਿਹਾ ਇਹ ਨਾਸਤਕ ਵਿਅਕਤੀ ਜਿਹੜਾ ਪਹਿਲਾਂ ਜਿਹਨੇ ਕੁਰਾਨ ਲੂਈ ਆ ਅਤੇ ਹੁਣ ਉਹ ਕਹਿੰਦਾ ਵੀ ਮੈਂ ਯਹੂਦੀਆਂ ਦਾ ਧਾਰਮਿਕ ਗ੍ਰੰਥ ਟੋਰਾ ਲੂਣਾ ਆ, ਅਤੇ ਉਹਦੇ ਵਾਸਤੇ ਜਿਹੜਾ ਜੀ ਹੁਣ ਦੁਨੀਆ ਭਰ ਦੇ ਵਿੱਚ ਆਵਾਜ਼ਾਂ ਉੱਠ ਰਹੀਆਂ ਵੀ ਇਹਨੂੰ ਰੋਕਿਆ ਜਾਵੇ। ਜੇਕਰ ਇਹਨੂੰ ਕੁਰਾਨ ਲੂਣ ਵੇਲੇ ਰੋਕਿਆ ਹੁੰਦਾ ਤਾਂ ਇਹਦਾ ਜਿੱਦਾਂ ਹਿੰਮਤ ਨਾ ਪੈਂਦੀ ਵੀ ਇਹ ਮੁੜ ਕੇ ਫਿਰ ਯਹੂਦੀਆਂ ਦੇ ਗ੍ਰੰਥ ਨੂੰ ਹੱਥ ਪਾਉਂਦਾ। ਅਤੇ ਹਾਲੇ ਵੀ ਜੇ ਨਾ ਰੋਕਿਆ ਪਿਆ ਤਾਂ ਗਾਂਹ ਇਹਦੀਆਂ ਕਾਰਵਾਈਆਂ ਹੋਰ ਵਧਣਗੀਆਂ, ਕਿਸੇ ਹੋਰ ਧਾਰਮਿਕ ਗ੍ਰੰਥ ਨੂੰ ਇਹ ਲੂਹੂਗਾ ਜੀ। ਸੋ ਇਹਨੂੰ ਰੋਕਣ ਦੀ ਜਿਹੜੀ ਅਪੀਲ ਦੁਨੀਆ ਪੱਧਰ ਦੇ ਵਿੱਚੋਂ ਉੱਠ ਰਹੀ ਹੈ ਜੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।